ਅਸਲਾਮੁਅਲੈਕੁਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਵੇਖਦੇ ਪਏ ਗੁਲਾਮ ਅਹਿਮਦ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਹਾਜੀ ਗੁਲਾਮ ਅਹਿਮਦ। ਦੋਸਤੋ, ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ, ਨਾਲ ਲੱਗੇ ਬੈਲ ਦੇ ਬਟਨ ਕਰਨਾ ਕਲਿੱਕ ਤਾਂ ਕਿ ਸਾਡੀ ਅੱਛੀ ਤੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮੇਰੇ ਵੀਰਾਂ ਤੇ ਸੱਜਣਾ ਤੱਕ ਪਹੁੰਚੇ ਸਭ ਤੋਂ ਪਹਿਲੇ। ਤੇ ਅੱਜ ਮਾਸ਼ਾਅੱਲਾ ਕਮੈਂਟ ਜ਼ਰੂਰ ਕਰਨੇ ਨੇ, ਬਾਕੀ ਮਾਝ ਦਾ ਹਵਾਨਾ ਅੱਲਾਹ ਦੇ ਫਜ਼ਲੋ ਕਰਮ ਨਾਲ। ਬੋਰੀ ਵਾਲਾ ਹਵਾਨਾ ਮੁਸ਼ਕਿਲ ਆਈ ਖੜੀ ਹੈ, ਧੁੰਨੀ ਤੋਂ ਲੈ ਕੇ ਤੇ ਸਾਰ ਤੀਕਰ ਹਵਾਨਾ ਥਣ ਮਾਸ਼ਾਅੱਲਾ ਬੜਾ ਕੀਮਤੀ ਹੈ, ਪੂਰੀ ਜਨਾਬ ਫੁੱਟ ਫੁੱਟ ਤੇ ਵਿਰਲ। ਇਹ ਗੱਲਾਂ ਨਾਲ ਨੇ ਇਨਸ਼ਾਅੱਲਾ ਭਰਾਵਾਂ ਨੂੰ ਇਨਸ਼ਾਅੱਲਾ ਮਿਹਨਤ ਤੇ ਸਫ਼ਰ ਕਰਕੇ ਜਾਨਵਰ ਵਿਖਾਏ ਜਾਂਦੇ ਨੇ। ਬਾਕੀ ਜਨਾਬ ਕੈਮਰਾਮੈਨ ਸਾਹਿਬ ਚਾਰ ਛੇਰ ਇਨਸ਼ਾਅੱਲਾ ਤਸੱਲੀ ਕਰਨੀ ਹੈ, ਮਾਝ ਦੀ ਅਗਾੜੀ ਪਛਾੜੀ ਮੇਰੇ ਕੈਮਰੇ ਨਜ਼ਰ ਹੈ। ਮਾਸ਼ਾਅੱਲਾ ਥਣ ਬੜਾ ਕੀਮਤੀ ਹੈ, ਜਿਵੇਂ ਜਨਾਬ ਮੰਜੇ ਨੂੰ ਪਾਵੇ ਲੱਗੇ ਹੁੰਦੇ ਨੇ, ਖੁਰ ਚਾਰੇ ਇੱਕੋ ਜਿਹੇ ਜਿਵੇਂ ਘੋੜਿਆਂ ਦੇ ਸੁੰਬ ਹੁੰਦੇ ਨੇ, ਤੇ ਮਾਸ਼ਾਅੱਲਾ ਪੂਰਾ ਜਨਾਬ ਮੁੱਠ ਮੁੱਠ ਤੇ ਪੂਰੀ ਵਿਰਲ, ਪੂਰਾ ਜਨਾਬ ਥੱਬੇ ਦਾ ਹਵਾਨਾ ਮਾਝ। ਮਾਸ਼ਾਅੱਲਾ ਨਿੱਕੀ ਨਿੱਕੀ ਸਿੰਗੀ, ਮੱਥਾ ਥੋੜਾ ਸਫੈਦ, ਬਾਕੀ ਮਾਸ਼ਾਅੱਲਾ ਪੂਰੀ ਜਨਾਬ ਕੱਦ ਚੰਗਾ, ਲਾਮ ਚੰਗੀ, ਖੁਰ ਨੇ ਮਾਸ਼ਾਅੱਲਾ ਜਿਵੇਂ ਘੋੜਿਆਂ ਦੇ ਸੁੰਬ ਹੁੰਦੇ ਨੇ। ਅੱਲਾਹ ਦੇ ਫਜ਼ਲੋ ਕਰਮ ਨਾਲ ਮੇਰੇ ਵੀਰਾਂ ਨੇ ਇਨਸ਼ਾਅੱਲਾ ਵੇਖਣੀ ਮਾਝ ਅੱਲਾਹ ਦੇ ਫਜ਼ਲੋ ਕਰਮ ਨਾਲ, ਤੇ ਆਪਦੇ ਜਨਾਬ ਮੁਹੱਬਤ ਤੇ ਪਿਆਰ ਨਾਲ ਮਾਸ਼ਾਅੱਲਾ ਕਮੈਂਟ ਕਰਨੇ ਨੇ। ਬਾਕੀ ਇਹ ਘੱਡੀ ਮਾਸ਼ਾਅੱਲਾ ਖੁੱਡਾ ਖੁੱਲਾ, ਪੁੱਠਾ ਟਾਕ ਕੈਮਰੇ ਨਜ਼ਰ ਹੈ, ਛੋਟੀ ਜਿਹੀ ਵੱਖੀ। ਮਾਝ ਦਾ ਕੱਦ ਜਨਾਬ ਪੂਰਾ, ਬਾਕੀ ਲਾਮ ਚੰਗੀ ਹੈ, ਪਛਮ ਪੂਰੀ ਗਿੱਠ ਗਿੱਠ, ਤੁੰਨੀ ਕੋੜੀ ਦਾ ਨਿਸ਼ਾਨ ਕੋਣੀ, ਚਾਰ ਛੋਰੇ ਇਨਸ਼ਾਅੱਲਾ ਮੇਰਾ ਕੈਮਰਾਮੈਨ ਆਪਣੇ ਕੈਮਰੇ ਦੀ ਨਿਗਾਹ ਨਾਲ ਤਸੱਲੀ ਕਰਵਾ ਰਿਹਾ, ਮੇਰੇ ਵੀਰਾਂ ਨੇ ਤਸੱਲੀ ਕਰ ਲੈਣੀ ਹੈ। ਨੀਲੀ ਦੇ ਜਾਨਵਰ ਹਮੇਸ਼ਾ ਨੀਲੀ ਦੇ ਇਨਸ਼ਾਅੱਲਾ ਮਿਲਦੇ ਨੇ, ਬਾਕੀ ਜਨਾਬ ਲੈਣੇ ਦੇਣੇ ਮੁਕੱਦਰ, ਸੌਦਾ ਨਾਲ ਨਸੀਬ ਦੇ। ਕੰਨ ਮਾਸ਼ਾਅੱਲਾ ਜਿਵੇਂ ਛੱਜ ਹੁੰਦੇ ਨੇ, ਪਛਮ ਪੂਰੀ ਜਨਾਬ ਮਾਸ਼ਾਅੱਲਾ ਬਰੀਕ ਜੀ ਬੂਥੀ, ਲੰਮੀ ਬੂਥੀ, ਖੁਰ ਮਾਸ਼ਾਅੱਲਾ ਕਸੇ ਚਾਰੂ ਮੱਝ ਮਾਸ਼ਾਅੱਲਾ। ਇਹ ਦੂਸਰਾ ਵਾਰਸ ਹੋਵੇਗੀ, ਕਿੰਨੇ ਦਿਨ ਲਵੇਗੀ, ਕਿੰਨਾ ਮਾਲਕ ਜਨਾਬ ਪਿਆਰ ਮੁਹੱਬਤ ਵਾਲਾ ਮੁੱਲ ਕਰਦਾ, ਇਹ ਸਾਰੀਆਂ ਗੱਲਾਂ ਜਨਾਬ ਮਾਲਕ ਤੋਂ ਸਾਂਝਾ ਲੈ ਕੇ ਦੇਵਾਂਗੇ। ਲਓ ਭਾਈ ਮੁਹੰਮਦ ਖਾਨ, ਅਸਲਾਮ ਅਲੈਕਮ। ਵਾਲੇਕੁਮ ਸਲਾਮ ਜੀ, ਇੱਧਰ ਅੱਗੇ ਆ ਮੇਰੇ ਕੋਲੇ। ਭਾਈ ਮੁਹੰਮਦ ਖਾਨ ਸਾਹਿਬ ਤੋਂ ਪਹਿਲੇ ਇਹ ਦੱਸਣਾ ਕਿ ਮੱਝ ਆਪਣੀ ਇਹ ਗੱਭਣ ਖੜੀ ਹੈ ਤੇ ਕਿੰਨੇ ਦਿਨ ਲੈਂਦੀ ਹੈ? ਇਹ ਜੀ 5 ਤੋਂ 4 ਦਿਨ ਲੈਗੀ ਜੀ। ਅੱਛਾ, 5 ਤੋਂ 4 ਦਿਨ ਲਵੇਗੀ? 4-5 ਦਿਨ ਬਸ। ਅੱਛਾ ਹਾਂਜੀ ਭਾਈ ਮੁਹੰਮਦ ਖਾਨ, ਗੱਲ ਇਸ ਤਰ੍ਹਾਂ ਦੀ, ਮੱਝ ਗੱਭਣ ਹੈ, ਠੀਕ ਹੈ। ਅੱਛਾ ਦੋਸਤਾਂ ਨੂੰ ਜਨਾਬ ਸਭ ਤੋਂ ਪਹਿਲੇ ਇਹ ਦੱਸਣਾ, ਕੈਮਰਾਮੈਨ ਸਾਹਿਬ ਮੈਂ ਖੁਦ ਮੱਝ ਮਾਸ਼ਾਅੱਲਾ ਪਾਸ ਕੀਤੀ ਹੈ, ਇਹਦੇ ਵਿੱਚ ਇਨਸ਼ਾਅੱਲਾ ਗਰੰਟੀ ਵਾਲੀ ਪੂਰੀ ਹੋਵੇਗੀ, ਮੱਝ ਗੱਭਣ ਜ਼ਰੂਰ ਹੈ। ਬਾਕੀ ਕੋਈ ਵੀਰ ਭਰਾ ਇਹ ਨਾ ਸਮਝੇ ਕਿ ਪਤਾ ਨਹੀਂ ਮਾਲਕ ਦੀ ਗਲਤੀ, ਜਨਾਬ ਇਹ ਕਾਇਮ ਨੇ ਅੱਲਾਹ ਦੇ ਫਜ਼ਲ ਨਾਲ। ਵੀਡੀਓ ਬਣਾਉਣ ਤੋਂ ਪਹਿਲੇ ਗੱਭਣ ਮੱਝ ਦੇ ਇਨਸ਼ਾਅੱਲਾ ਥਾਣਾ ਜੀ ਟਿੱਪ ਲੈਂਦੇ ਹਾਂ, ਬਿਲਕੁਲ ਜਨਾਬ 16 ਨੇ ਇਸ ਟਾਈਮ ਹਾਜ਼ਰ ਮੌਕੇ ਤੇ ਖੜੀ ਹੈ। ਅੱਛਾ ਭਾਈ ਮੁਹੰਮਦ ਖਾਨ, ਹਾਂਜੀ ਤੇਰੀ ਗੱਲ ਤੇ ਬਾਅਦ ਵਿਕਣੀ ਹੈ, ਠੀਕ ਹੈ ਇਨਸ਼ਾਅੱਲਾ ਜੀ। ਮੱਝ ਗੱਭਣ ਹੈ, ਕੋਈ ਵੀਰ ਭਰਾ ਆ ਜਾਵੇ ਮੌਕੇ ਤੇ ਸਫ਼ਰ ਕਰਕੇ, ਥਣ ਵਿੱਚ ਗੰਢ ਮਰੋੜੀ ਛੱਟਾ ਫੁਹਾਰ, ਇਹਦੀ ਆਪਣੀ ਜ਼ਿੰਮੇਦਾਰੀ, ਅਸੀਂ ਜ਼ਿੰਮੇਦਾਰ ਹੋਵਾਂਗੇ ਜੀ, ਠੀਕ ਹੈ। ਬਿਆਨਾ ਕਰ ਲਵੇ, ਸੂਈ ਤੋਂ ਲੈ ਜਾਵੇ, ਪੱਕੀ ਗੱਲ ਹੈ, ਪੱਕੀ ਗੱਲ ਜੀ, ਕਿਸੇ ਕਿਸਮ ਦੀ ਟੈਨਸ਼ਨ ਨਹੀਂ, ਵਾਧਾ ਘਾਟਾ ਹੋਵੇ ਅਸੀਂ ਜ਼ਿੰਮੇਦਾਰ। ਮਾਸ਼ਾਅੱਲਾ ਮੱਝ ਦੇਖੋ, ਅੱਛਾ ਗਿੱਠ ਗਿੱਠ ਦੇ ਵਿਰਲਾ ਨੇ, ਇੱਕੋ ਮੁੱਠ ਥਾਣੇ ਧਾਗੇ ਵਰਗੀ ਪੂਛ ਹੈ, ਮਾਸ਼ਾਅੱਲਾ ਬੰਦੇ ਤੋਂ 30-6 ਫੁੱਟ ਤੋਂ ਕੱਦ ਦੇ ਮੈਂ ਦਾ। ਅੱਛਾ ਹਾਂਜੀ, ਯਾਨੀ ਕਿ ਕੱਦ ਵੀ ਚੰਗਾ ਹੈ, 9-10 ਫੁੱਟ ਤਾਂ ਲੰਮੀ ਹੈ ਮੱਝ, ਲੰਮੀ ਹੈ ਮੱਝ, ਖਾਸ ਨੀਲੀ ਦੀ ਮੱਝ ਹੈ। ਅੱਛਾ ਆਪਣੀ ਘਰ ਦੀ ਮੱਝ ਹੈ? ਘਰ ਦੀ ਮੱਝ ਹੈ, ਪੱਕੀ ਗੱਲ ਹੈ, ਪੱਕੀ ਨਿਸ਼ਾਨੀ। ਪਹਿਲੇ ਵਾਰੇ ਦਾ ਕੀ ਰਿਕਾਰਡ ਰਿਹਾ? 16 ਗੜਵੀਆਂ ਦਿੰਦੀ ਰਹੀ ਮੱਝ, 16-17 ਗੜਵੀਆਂ ਪਹਿਲੇ ਵਾਰੀ ਦੀ। ਭਾਈ ਮੁਹੰਮਦ ਖਾਨ, ਬੰਦਾ ਤੂੰ ਸਿਆਣੀ ਉਮਰ ਦਾ, ਮੇਰੀ ਗੱਲ ਸੁਣ ਲੈ, ਬੱਚਿਆਂ ਦਾ ਕੰਮ ਨਹੀਂ ਕਰਨਾ ਆਪਾਂ। ਨਹੀਂ ਜੀ, ਬੱਚਿਆਂ ਨੂੰ ਚੋ ਕੇ ਦੇਵਾਂਗੇ, ਬੰਦੇ ਨੂੰ ਘਰੇ ਆਣ ਕੇ ਚੋ ਕੇ ਲੈ ਕੇ ਜਾਵੇ। ਦੂਸਰਾ ਵਾਰਾ ਸੁਬੇ ਹੋਰ ਕਿੰਨਾ ਕਰੇਗਾ? ਦੂਸਰਾ ਵਾਰਾ ਐਤਕੀ 20-100 ਕਰਾਸ ਕਰ ਦੇਗੀ ਮਾਸ਼ਾਅੱਲਾ, ਇਨਸ਼ਾਅੱਲਾ। ਕਰਨਾ ਵੀ ਚਾਹੀਦਾ ਕਿਉਂਕਿ ਆਰਡਰ ਕੁਆਲਿਟੀ ਮਾਸ਼ਾਅੱਲਾ ਅੱਛਾ ਹੈ, ਲਿਬਾਸ ਚੰਗਾ ਹੈ। ਮੈਂ ਕਿਸੇ ਕੋਲੇ ਖੜੀ ਨਹੀਂ ਜੀ, ਦੂਸਰੇ ਵਾਰੇ ਉਮਰ ਚੰਗੀ, ਧੌਣ ਵੇਖੋ ਸਰਾਈ ਜਿੱਡੀ ਲੰਮੀ ਮੈਂ ਦੀ, ਅੱਛਾ ਸਿਰ ਨਿੱਕਾ ਨਿੱਕਾ, ਹਰ ਚੀਜ਼ ਵੇਖਣ ਵਾਲੀ, ਵਜੂਦ ਜਿਵੇਂ ਰੇਸ਼ਮ ਹੁੰਦਾ, ਠੀਕ ਹੋ ਗਿਆ।
ਭਾਈ ਮੁਹੰਮਦ ਖਾਨ ਗੱਲ ਇਸ ਤਰ੍ਹਾਂ ਦੀ ਹੈ, ਮਾਝ ਤੇਰੀ ਚੰਗੀ ਹੈ, ਚਾਰ ਚੁਫੇਰੇ ਕੋਈ ਬੰਦਾ ਇਨਸ਼ਾਅੱਲਾ ਇਹਨੂੰ ਨਾ ਕਿਸੇ ਪਾਸੋਂ ਯਾਦ ਕਰੇਗਾ। ਕੈਮਰਾਮੈਨ ਸਾਹਿਬ ਗਾੜੀ ਤੇ ਲਾਣਾ ਨਾ, ਧੁਨੀ ਵਿਖਾਣੀ ਹੈ, ਧੁਨੀ ਥੋੜੀ ਜਵਾਬ ਪਾਈ ਕਰੀ, ਬਾਕੀ ਧੁਨੀ ਦਾ ਨਿਸ਼ਾਨ ਕੋਈ ਨਿਸ਼ਾਨ ਹੀ ਹੈ ਬਸ। ਪੌੜੀ ਬਿਲਕੁਲ ਜਨਾਬ ਕੋਈ ਨੀ, ਇਹ ਦੇਖੋ ਵਿਖਾਓ ਕੈਮਰਾਮੈਨ ਸਾਹਿਬ, ਅੱਲਾ ਦੇ ਫਜ਼ਲ ਨਾਲ ਗੱਲ ਉਹ ਕਰੋ ਜਿਹੜੀ ਗੱਲ ਪੂਰੀ ਹੋਵੇ। ਦੇਖੋ ਕੌੜੀ ਇਹ ਧੁਨੀ ਦਾ ਨਿਸ਼ਾਨ ਸਿਰਫ ਥੋੜੀ ਐਵੇਂ ਵਾਹ ਪਾਈ ਖੜੀ ਹੈ, ਬਾਕੀ ਚਾਰ ਚੋਰੇ ਇਨਸ਼ਾਅੱਲਾ ਆਪਣੇ ਕੈਮਰੇ ਨਜ਼ਰ ਹੈ। ਭਾਈ ਮੁਹੰਮਦ ਖਾਨ ਗੱਲ ਮੁਕਾਈਏ, ਕਿਉਂਕਿ ਜ਼ਿਆਦਾ ਲੰਮੀ ਵੀਡੀਓ ਵੀ ਜਿਹੜੀ ਨਾ ਉਹ ਵੀ ਲੋਕਾਂ ਦੇ ਮੋਬਾਈਲਾਂ ਤੇ ਅਪਲੋਡ ਨਹੀਂ ਹੁੰਦੀ, ਆਈ ਸਮਝ। ਇਹਦੇ ਹੁਣ ਆਪਾਂ ਪਿਆਰ ਮੁਹੱਬਤ ਵਾਲੇ ਜਿਹੜੇ ਪੈਸੇ ਲੈਣੇ ਨਾ ਜਿੱਥੇ ਵੇਚਣੀ ਹੈ, ਆਈ ਸਮਝ, ਉਹ ਬੇਸ਼ੱਕ 7 ਲੱਖ ਮੁੱਲ ਨਹੀਂ ਕਰਾਉਣਾ, 5 ਲੱਖ ਦੀ ਮੱਝ ਦੇਵਾਂਗੇ, ਮੁੱਲ ਨਹੀਂ ਕਰਾਉਣਾ, ਪੱਕੀ ਗੱਲ ਕਰੀ, ਕੋਈ ਗੱਲ ਸਾਡੇ 5 ਲੱਖ ਦੀ ਦੇਵਾਂਗੇ, ਫਾਈਨਲ। ਇਹਦੇ ਵਿੱਚ ਕੋਈ ਜੀ ਆਵੇ ਆਪਣੇ ਕੋਲ ਚੱਲ ਪਏ, 1000-2000 ਦੀ, 5000 ਦੀ, ਇਹਦੇ ਤੋਂ ਮੁਹੱਬਤ ਪਿਆਰ ਹੈ, ਹਾਂਜੀ ਪਿਆਰ ਮੁਹੱਬਤ, ਇਸ ਤੋਂ ਅੱਗੇ ਕੋਈ ਚੀਜ਼ ਨਹੀਂ। ਅੱਛਾ ਪਿਆਰ ਮੁਹੱਬਤ, ਮੈਂ ਵੇਖੋ ਜੀ ਬੰਦੇ 6 ਫੁੱਟ ਤੋਂ ਉੱਚੀ ਮੈਂ, ਠੀਕ ਹੋ ਗਿਆ, ਸੋਹਣੀ ਗੱਲ ਕੀਤੀ। ਆਵੇ ਨਾ ਅਸੀਂ ਹੁਣ ਜੇ ਤੂੰ ਪਹਿਲੇ ਰੱਖਿਆ 50,000 ਉੱਤੇ ਵਾਧਾ ਆਖਿਆ ਮੈਂ 10 ਲੱਖ ਲੈਣਾ, 8 ਲੱਖ ਲੈਣਾ, ਕਿਸੇ ਵੀ ਨੀ ਖਰੀਦਣੀ, ਮੇਰੀ ਗੱਲ ਸੁਣ ਲਾ, ਰੇਟ ਹੋਏ ਨਾ ਮੁਫਤ ਪਿਆਰ ਵਾਲਾ, ਤੇ ਹਰ ਬੰਦਾ ਹੀ ਮੰਗਦਾ ਮੱਝ, ਇਨਸ਼ਾਅੱਲਾ, ਬਾਕੀ ਆਰ ਪਾਰ ਚੰਗੇ ਨੇ, ਮੱਝ ਦੀ ਹੱਡੀ ਚੰਗੀ, ਫੁੱਟ ਤੇ ਵਿਰਲਾ ਮੈਂ, ਖੁਰ ਅੱਲਾ ਦੇ ਫਜ਼ਲ ਨਾਲ ਪੂਰੀ ਜਨਾਬ, ਇਹ ਚਰਾਉਂਦੇ ਜੀ ਮੱਝਾਂ ਬਾਹਰ, ਮੱਝਾਂ ਚਰਾਉਂਦੇ ਜੀ ਆਪਦੀ, ਪੱਕੀ ਗੱਲ, ਪੱਕੀ ਗੱਲ, ਕਿਉਂਕਿ ਖੁਰ ਨੇ ਨਾ ਕੱਸੇ ਹੋਏ ਦੇ ਆਪਣੀ ਪੱਕੀ ਗਰੰਟੀ ਪੱਕੀ ਗਰੰਟੀ ਹੋਵੇਗੀ। ਕੋਈ ਬੰਦਾ ਇਸੇ ਤਰ੍ਹਾਂ ਆਖੇ ਵੀ ਐਸਾ ਮੱਝ ਭੇਜ ਦੋ ਆਪਦੀ ਗਰੰਟੀ ਤੇ, ਹਾਂਜੀ ਫੇਰ ਵੀ ਸਾਡੀ ਮੱਝ ਨਾੜ ਹੋਈ, ਮੱਝ ਫੁਆਰਾ ਹੋਇਆ, ਥਣ ਘਾਟਾ ਵਾਧਾ, ਜਾਣੀ ਕਿ ਥਣ ਪੂਰਾ ਨਾ ਹੋਇਆ, ਉਹਦੀ ਆਪਣੀ ਜ਼ਿੰਮੇਦਾਰੀ, ਜ਼ਿੰਮੇਦਾਰ ਹੋਣਾ, ਆਣ ਜਾਣ ਦਾ ਕਿਰਾਇਆ ਤੇਰਾ ਹੋਣਾ, ਇਨਸ਼ਾਅੱਲਾ ਜੀ, ਬਿਲਕੁਲ ਕੋਈ ਟੈਨਸ਼ਨ ਨਹੀਂ, ਬਸ ਠੀਕ ਹੋ ਗਿਆ। ਹੁਣ 5.5 ਲੱਖ ਚ ਕੋਈ ਪਿਆਰ ਮੁਹੱਬਤ ਆਇਆ ਤੇ ਮੌਕੇ ਤੇ ਕਰ ਦੇ, 4,000-5,000 ਇਹ ਤੋਂ ਜ਼ਿਆਦਾ ਨਹੀਂ ਜੀ, ਉਹਦੇ ਭਾਵੇਂ 7 ਕਰੀ ਜਾਈਏ, ਨਹੀਂ ਜੀ ਐਂਡ, ਠੀਕ ਹੋ ਗਿਆ। ਲਓ ਜੀ ਕੈਮਰਾਮੈਨ ਸਾਹਿਬ ਤਸੱਲੀ ਕਰਾਣੀ ਹੈ ਭਰਾਵਾਂ ਦੀ, 10 ਲੱਖ ਦੀ ਹੈ, ਬਾਕੀ ਜਨਾਬ ਲੈਣੇ ਦੇਣੇ ਮੁਕੱਦਰ ਹੋਣਗੇ, ਸੌਦਾ ਨਾ ਨਸੀਬ ਦੇ ਭਰਾਵਾਂ ਨੂੰ, ਕੋਸ਼ਿਸ਼ ਤੇ ਮਿਹਨਤ ਕਰਕੇ ਨੀਲੀ ਬਾਹਰ ਦੇ ਜਾਨਵਰ ਵਿਖਾਏ ਜਾਂਦੇ ਨੇ, ਮੱਝ ਮਾਸ਼ਾਅੱਲਾ ਕੱਦ ਪੂਰਾ, ਲਾਮ ਵੀ ਪੂਰੀ ਜਨਾਬ, ਖੁਰ ਇੱਕੋ ਜਿਹਾ, ਹਵਾਨਾ ਥੱਬੇ ਦਾ ਇਹ ਜਨਾਬ, ਆ ਜਗ੍ਹਾ ਕੈਮਰਾਮੈਨ ਸਾਹਿਬ ਵਿਖਾਣੀ ਹੈ ਥੋੜੀ ਜਿਹੀ ਭਰਾਵਾਂ ਨੂੰ, ਜਨਾਬ ਜਗ੍ਹਾ ਵੀ ਵਿਖਾਣੀ ਹੈ, ਅੱਗੋਂ ਨੀਵੀਂ ਪਿੱਛੋਂ ਉੱਚੀ ਤਾਂ ਨਹੀਂ ਕੀਤੀ ਮੱਝ ਕਿਤੇ, ਤਸੱਲੀ ਕਰਵਾ ਦਿਓ। ਬਾਕੀ ਨੰਬਰ ਆਪਣਾ ਜਨਾਬ ਸਕਰੀਨ ਤੇ ਚੱਲਦਾ, 0348-0667-8468 ਵਟਸਐਪ ਨੰਬਰ, ਇਮੋ ਨੰਬਰ, ਮਿਲਾਂਗੇ ਅਗਲੀ ਵੀਡੀਓ ਨਾਲ, ਅੱਲਾ ਨਿਗਹਿਬਾਨ, ਪਾਕਿਸਤਾਨ ਜ਼ਿੰਦਾਬਾਦ।